ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਹਾਂ ਦਵਿੰਦਰ ਸਿੰਘ ਅਤੇ ਤੁਹਾਡਾ ਸਵਾਗਤ ਕਰਦਾ ਹਾਂ ਤੁਹਾਡੇ ਆਪਣੇ ਯੂਟਿਊਬ ਚੈਨਲ ਟੈਕੀ ਐਂਡ ਟਰੈਵਲ ਵਿੱਚ। ਅੱਜ ਦੀ ਇਸ ਵੀਡੀਓ ਵਿੱਚ ਆਪਾਂ ਦੇਖਾਂਗੇ ਕਿ ਫੌਂਟ ਕੀ ਹੁੰਦਾ ਹੈ, ਕਿਉਂ ਅਸੀਂ ਫੌਂਟ ਨੂੰ ਯੂਜ਼ ਕਰਦੇ ਹਾਂ, ਅਤੇ ਕੁਛ ਸਾਡੇ ਸੌਫਟਵੇਅਰ ਜੋ ਨੇ ਜਿੱਦਾਂ ਕਿ ਪਾਵਰ ਪੁਆਇੰਟ, ਐਕਸਲ ਜਾਂ ਵਰਡ ਜਾਂ ਹੋਰ ਵੀ ਕੁਛ ਸੌਫਟਵੇਅਰ ਜਿਨ੍ਹਾਂ ਦੇ ਵਿੱਚ ਡਿਫੌਲਟ ਫੌਂਟ ਕੀ ਹੁੰਦਾ ਹੈ। ਮੀਨਸ ਡਿਫੌਲਟ ਦਾ ਮਤਲਬ ਜਦੋਂ ਅਸੀਂ ਉਹਨਾਂ ਨੂੰ ਹਰ ਵਾਰ ਓਪਨ ਕਰਾਂਗੇ ਤਾਂ ਕਿਹੜਾ ਫੌਂਟ ਉਹਨਾਂ ਦੇ ਵਿੱਚ ਪਹਿਲਾਂ ਤੋਂ ਹੀ ਸਿਲੈਕਟਿਡ ਆਉਂਦਾ ਹੈ। ਸੋ ਅਸਲ ਵਿੱਚ ਫੌਂਟ ਕੀ ਹੁੰਦਾ ਹੈ, ਜਿੱਦਾਂ ਤੁਹਾਡੀ ਬਿਲਕੁਲ ਹੈਂਡਰਾਈਟਿੰਗ ਹੈ ਉਹੀ ਚੀਜ਼ ਹੈ। ਮੀਨਸ ਆਪਾਂ ਜਦੋਂ ਕੁਝ ਲਿਖਦੇ ਹਾਂ ਤਾਂ ਉਹ ਵੀ ਕੀ ਹੁੰਦਾ ਹੈ, ਇੱਕ ਗ੍ਰਾਫਿਕਲ ਚੀਜ਼ ਹੁੰਦੀ ਹੈ। ਮੀਨਸ ਗ੍ਰਾਫਿਕਲ ਰੀਪ੍ਰਜੈਂਟੇਸ਼ਨ, ਗ੍ਰਾਫਿਕਲ ਪ੍ਰਸਤੁਤੀ ਹੁੰਦੀ ਹੈ। ਮੀਨਸ ਆਪਾਂ ਦੇ ਲਿਖਣ ਦਾ ਢੰਗ, ਮੀਨਸ ਜਿਹਨੂੰ ਅਸੀਂ ਕੀ ਹੋਰ ਕਹਿ ਸਕਦੇ ਹਾਂ, ਟਾਈਪ ਫੇਸ ਵੀ ਕਹਿ ਸਕਦੇ ਹਾਂ। ਮੀਨਸ ਇੱਕ ਵੱਖਰਾ ਟਾਈਪ ਫੇਸ, ਮੀਨਸ ਹਰ ਇੱਕ ਬੰਦੇ ਦੇ ਲਿਖਣ ਦਾ ਇੱਕ ਵੱਖਰਾ ਢੰਗ ਹੈ। ਉਦਾਂ ਹੀ ਫੌਂਟ ਦਾ ਵੀ ਕੀ ਹੁੰਦਾ ਹੈ, ਮਤਲਬ ਕਿ ਉਹ ਵੀ ਕੀ ਹੁੰਦੇ ਨੇ, ਅਲੱਗ ਅਲੱਗ ਤਰ੍ਹਾਂ ਦੇ ਹੁੰਦੇ ਨੇ। ਮੀਨਸ ਉਹਨਾਂ ਦੀ ਵੀ ਟਾਈਪ ਫੇਸ ਵੱਖਰੇ ਵੱਖਰੇ ਹੁੰਦੇ ਨੇ, ਮੀਨ ਲਿਖਣ ਦੇ ਢੰਗ ਵੱਖਰੇ ਵੱਖਰੇ ਹੁੰਦੇ ਨੇ। ਪੁਆਇੰਟ ਸਾਈਜ਼ ਹੁੰਦਾ ਹੈ, ਕੋਈ ਛੋਟਾ ਲਿਖਦਾ ਹੈ, ਕੋਈ ਵੱਡਾ ਲਿਖਦਾ ਹੈ। ਉਸੇ ਤਰੀਕੇ ਨਾਲ ਫੌਂਟ ਦੇ ਵੀ ਆਪਣੇ ਇੱਕ ਸਾਈਜ਼ ਹੁੰਦੇ ਨੇ, ਵਜ਼ਨ ਹੁੰਦਾ ਹੈ। ਠੀਕ ਹੈ, ਕੋਈ ਮੋਟਾ ਲਿਖਦਾ ਹੈ, ਕੋਈ ਬਰੀਕ ਲਿਖਦਾ ਹੈ। ਇਸ ਤਰੀਕੇ ਦੇ ਨਾਲ ਰੰਗ ਤੁਹਾਨੂੰ ਪਤਾ ਹੀ ਹੈ, ਜਿੱਦਾਂ ਅਸੀਂ ਡਿਫਰੈਂਟ ਬਾਲ ਪੈਨ ਨਾਲ ਕੁਛ ਲਿਖ ਲਈਏ ਬਿਲਕੁਲ ਉਹੀ ਚੀਜ਼, ਜਾਂ ਹੋਰ ਵੀ ਅਲੱਗ ਅਲੱਗ ਤਰ੍ਹਾਂ ਦੇ ਡਿਜ਼ਾਈਨ ਹੁੰਦੇ ਨੇ ਜਿੱਦਾਂ ਕੋਈ ਕਰਸਿਵ ਰਾਈਟਿੰਗ ਕਰਦਾ ਹੈ। ਸੋ ਮਾਈਕਰੋਸਾਫਟ ਵਰਡ ਹੈ, ਐਕਸਲ ਹੈ, ਜਾਂ ਵਰਡ ਪੈਡ ਹੈ, ਜਾਂ ਪਾਵਰ ਪੁਆਇੰਟ ਹੈ, ਬਹੁਤ ਸਾਰੇ ਇੱਦਾਂ ਦੇ ਸੌਫਟਵੇਅਰ ਨੇ ਜਿਨ੍ਹਾਂ ਦੇ ਵਿੱਚ ਸਾਡੇ ਕੋਲ ਇਹ ਫੈਸਿਲਿਟੀ ਹੁੰਦੀ ਹੈ ਕਿ ਅਸੀਂ ਲਿਖੇ ਗਏ ਫੌਂਟ ਨੂੰ ਬਦਲ ਸਕਦੇ ਹਾਂ, ਜਾਂ ਪਹਿਲਾਂ ਤੋਂ ਹੀ ਕੀ ਕਰ ਸਕਦੇ ਹਾਂ, ਜਦੋਂ ਸਟਾਰਟ ਕਰਨਾ ਹੈ ਡਾਕੂਮੈਂਟ ਨੂੰ ਲਿਖਣਾ, ਫੌਂਟ ਨੂੰ ਬਦਲ ਸਕਦੇ ਹਾਂ। ਇੱਥੇ ਤੱਕ ਕਿ ਆਪਾਂ ਜ਼ਰੂਰੀ ਨਹੀਂ ਹੈ ਕਿ ਸਿਰਫ ਇੰਗਲਿਸ਼ ਵਿੱਚ ਹੀ ਲਿਖਣਾ, ਆਪਾਂ ਪੰਜਾਬੀ, ਹਿੰਦੀ ਜਾਂ ਹੋਰ ਕਿਸੇ ਵੀ ਲੈਂਗੁਏਜ ਦੇ ਫੌਂਟ ਨੂੰ ਯੂਜ਼ ਕਰ ਸਕਦੇ ਹਾਂ। ਔਰ ਜੋ ਫੌਂਟ ਸਾਡੇ ਕੋਲ ਨਹੀਂ ਨੇ, ਉਹ ਆਪਾਂ ਇੰਟਰਨੈਟ ਦੇ ਉੱਤੋਂ ਡਾਊਨਲੋਡ ਕਰਕੇ ਉਹਨਾਂ ਨੂੰ ਇੰਸਟਾਲ ਵੀ ਕਰ ਸਕਦੇ ਹਾਂ। ਸੋ ਅੱਗੇ ਹੈ ਕਿ ਫੌਂਟਸ ਅਸੀਂ ਕਿਉਂ ਯੂਜ਼ ਕਰਨੇ ਨੇ, ਮੀਨਸ ਫੌਂਟਸ ਕਿਉਂ ਵਰਤੇ ਜਾਂਦੇ ਨੇ। ਸੋ ਫੌਂਟ ਨੂੰ ਮੇਨ ਗੱਲ ਕੀ ਹੈ, ਕਿਉਂ ਵਰਤਦੇ ਹਾਂ ਅਸੀਂ, ਸਟਾਈਲ ਦੇਣ ਲਈ। ਕਿਸ ਚੀਜ਼ ਨੂੰ ਸਟਾਈਲ ਦੇਣਾ ਹੈ, ਜੋ ਵੀ ਚੀਜ਼ਾਂ ਅਸੀਂ ਲਿਖ ਰਹੇ ਹਾਂ, ਵੈਬ ਪੇਜ ਆ, ਚਾਹੇ ਉਹ ਸਾਡਾ ਡਾਕੂਮੈਂਟ ਹੈ, ਠੀਕ ਹੈ, ਉਹਨਾਂ ਦੇ ਵਿੱਚ ਉਹਨਾਂ ਨੂੰ ਅਲੱਗ ਅਲੱਗ ਤਰ੍ਹਾਂ ਦੀ ਲੁੱਕ ਦੇਣ ਦੇ ਲਈ, ਠੀਕ ਹੈ, ਉਹਨਾਂ ਦਾ ਸਟਾਈਲ ਬਦਲਣ ਦੇ ਲਈ ਅਸੀਂ ਫੌਂਟ ਨੂੰ ਯੂਜ਼ ਕਰਦੇ ਹਾਂ। ਕਹਿਣ ਦਾ ਮਤਲਬ ਇਹ ਹੈ ਕਿ ਜੋ ਆਪਾਂ ਲਿਖ ਰਹੇ ਹਾਂ ਉਹਦੇ ਆਧਾਰ ਦੇ ਉੱਤੇ ਹੀ ਅਸੀਂ ਫੌਂਟ ਨੂੰ ਸੈੱਟ ਕਰਦੇ ਹਾਂ, ਮੀਨਸ ਉਹਦੀ ਟੋਨ ਨੂੰ ਸੈੱਟ ਕਰਦੇ ਹਾਂ। ਕਹਿਣ ਦਾ ਮਤਲਬ ਹੈ ਕਿ ਜਿੱਦਾਂ ਹੁਣ ਇੱਥੇ ਮੈਂ ਲਿਖਿਆ ਹੈ, ਫੌਂਟ ਕਿਉਂ ਵਰਤੇ ਜਾਂਦੇ ਹਨ, ਠੀਕ ਹੈ, ਇਹ ਵੱਡੇ ਅੱਖਰਾਂ 'ਚ ਲਿਖਿਆ ਗਿਆ ਹੈ। ਕਿਉਂ ਲਿਖਿਆ ਗਿਆ ਹੈ? ਤਾਂ ਕਿ ਸਾਨੂੰ ਕਲੀਅਰਲੀ ਪਤਾ ਲੱਗ ਜਾਵੇ ਕਿ ਇਹ ਇੱਕ ਹੈਡਿੰਗ ਹੈ। ਇਸੇ ਤਰੀਕੇ ਨਾਲ ਬਾਕੀ ਫੌਂਟ ਵੀ ਅਸੀਂ ਜਿੱਦਾਂ ਡਾਕੂਮੈਂਟ ਵਿੱਚ ਹੁੰਦੇ ਨੇ ਉਹਨਾਂ ਨੂੰ ਸੈੱਟ ਕਰਦੇ ਹਾਂ, ਤਾਂ ਕਿ ਸਾਡੇ ਜੋ ਲਿਖਿਆ ਗਿਆ ਟੈਕਸਟ ਹੈ ਉਹਨੂੰ ਆਪਾਂ ਸਹੀ ਢੰਗ ਨਾਲ ਪੜ੍ਹ ਸਕੀਏ। ਮੀਨਸ ਜੇ ਅਸੀਂ ਫੌਂਟ ਨੂੰ ਸਹੀ ਢੰਗ ਨਾਲ ਨਹੀਂ ਸੈੱਟ ਕਰਾਂਗੇ ਤਾਂ ਇਹ ਸਾਡੇ ਪੜ੍ਹਨ ਯੋਗ ਨਹੀਂ ਹੋਵੇਗਾ। ਸੋ ਇਸ ਲਈ ਆਪਾਂ ਨੇ ਹਮੇਸ਼ਾ ਕੀ ਕਰਨਾ ਹੈ, ਫੌਂਟ ਨੂੰ ਸਹੀ ਢੰਗ ਨਾਲ ਸੈੱਟ ਕਰਨਾ, ਇੱਕ ਵਧੀਆ ਫੌਂਟ ਚੂਜ਼ ਕਰਨਾ ਹੈ ਤਾਂ ਕਿ ਸਾਨੂੰ ਪੜ੍ਹਨ ਵਿੱਚ ਉਹਨੂੰ ਆਸਾਨੀ ਹੋਵੇ। ਅਤੇ ਇਹਨੇ ਕੁਛ ਡਿਫਾਲਟ ਫੌਂਟ ਅਤੇ ਫੌਂਟ ਸਾਈਜ਼ ਜੋ ਤੁਹਾਡੇ ਸਾਹਮਣੇ ਨੇ, ਜਿੱਦਾਂ ਐਕਸਲ ਦੇ ਵਿੱਚ ਜੋ ਫੌਂਟ ਹੈ ਕੈਲੀਬਰੀ ਹੁੰਦਾ ਹੈ ਅਤੇ 11 ਸਾਈਜ਼ ਹੁੰਦਾ ਹੈ। ਮਾਈਕਰੋਸਾਫਟ ਪਾਵਰ ਪੁਆਇੰਟ 'ਚ ਵੀ ਸੇਮ ਫੌਂਟ ਹੈ ਬਟ ਸਾਈਜ਼ 24 ਹੁੰਦਾ ਹੈ। ਵਰਡ ਦੇ ਵਿੱਚ ਹੁੰਦਾ ਹੈ 11 ਸਾਈਜ਼, ਫੌਂਟ ਸੇਮ ਹੈ ਕੈਲੀਬਰੀ, ਠੀਕ ਹੈ। ਨੋਟਪੈਡ ਦੇ ਵਿੱਚ ਕੀ ਹੈ? ਕੰਸੋਲਸ ਫੌਂਟ ਹੈ, ਠੀਕ ਹੈ। ਕੰਸੋਲਸ ਫੌਂਟ ਦੇ ਵਿੱਚ ਕਿੰਨਾ ਸਾਈਜ਼ ਹੁੰਦਾ ਉਹਦਾ? 11। ਇੱਦਾਂ ਹੀ ਵਰਡ ਪੈਡ ਦੇ ਵਿੱਚ ਵੀ ਕੈਲੀਬਰੀ ਫੌਂਟ ਹੈ, ਉਹਦਾ ਵੀ ਸਾਈਜ਼ ਕਿੰਨਾ ਹੁੰਦਾ ਹੈ? 11 ਹੀ ਹੁੰਦਾ ਹੈ। ਸੋ ਆਓ ਗੱਲ ਕਰਦੇ ਹਾਂ ਟਾਈਪ ਕਲਾਸੀਫਿਕੇਸ਼ਨ ਦੀ। ਟਾਈਪ ਕਲਾਸੀਫਿਕੇਸ਼ਨ ਦਾ ਮਤਲਬ ਕਿ ਇਹਨਾਂ ਨੂੰ ਆਪਾਂ ਕਿੰਨੀਆਂ ਸ਼੍ਰੇਣੀਆਂ ਵਿੱਚ ਵੰਡ ਸਕਦੇ ਹਾਂ। ਹੁਣ ਫੌਂਟ ਦੀ ਜਿਹੜੀ ਸ਼੍ਰੇਣੀ ਹੈ ਅਤੇ ਉਹਦੀ ਗੱਲ ਕਰੀਏ ਤਾਂ 4 ਤਰ੍ਹਾਂ ਦੀ ਹੁੰਦੀ ਹੈ, ਸੈਰਿਫ, ਸੈਂਸ ਸੈਰਿਫ, ਸਕ੍ਰਿਪਟ ਫੌਂਟ ਅਤੇ ਡੈਕੋਰੇਟਿਵ ਫੌਂਟ। ਸੋ ਸਕ੍ਰਿਪਟ ਫੌਂਟ ਜੋ ਹੈ ਅਤੇ ਡੈਕੋਰੇਟਿਵ ਸਟਾਈਲ ਜੋ ਹੈ, ਇਹ ਦੋ ਨਵੇਂ ਸਟਾਈਲਸ ਨੇ, ਅਤੇ ਸੈਰਿਫ ਅਤੇ ਸੈਂਸ ਸੈਰਿਫ ਬਹੁਤ ਪੁਰਾਣੇ ਟਾਈਮ ਤੋਂ ਚੱਲਦੇ ਆ ਰਹੇ ਨੇ। ਸੋ ਸੈਰਿਫ ਫੌਂਟ ਦੀ ਖਾਸੀਅਤ ਕੀ ਹੁੰਦੀ ਹੈ? ਜਿਹੜੇ ਸੈਰਿਫ ਫੌਂਟ ਹੁੰਦੇ ਨੇ ਉਹਨਾਂ ਦੇ ਐਂਡ ਦੇ ਉੱਤੇ ਹਰ ਇੱਕ ਅੱਖਰ ਜਿਹੜਾ ਐਂਡ ਹੈ ਉੱਤੇ ਤੁਸੀਂ ਦੇਖੋਗੇ ਕੀ ਹੈ, ਇੱਕ ਲਾਈਨ ਲੱਗੀ ਹੋਈ। ਮੀਨਸ ਡੈਕੋਰੇਸ਼ਨ ਦੇ ਲਈ ਉਹਨਾਂ ਦੇ ਵਿੱਚ ਲਾਈਨਾਂ ਲੱਗੀਆਂ ਹੋਈਆਂ ਨੇ, ਇਸੇ ਨੂੰ ਕੀ ਕਹਿੰਦੇ ਹਾਂ ਆਪਾਂ? ਸੈਰਿਫ। ਅਤੇ ਜਿਹੜੇ ਸੈਂਸ ਸੈਰਿਫ ਨੇ ਉਹਨਾਂ ਦੇ ਵਿੱਚ ਐਂਡ ਦੇ ਉੱਤੇ ਕੋਈ ਵੀ ਲਾਈਨ ਨਹੀਂ ਲੱਗੀ ਹੁੰਦੀ। ਕਾਮਨ ਫੌਂਟ ਜਿਹੜਾ ਅਸੀਂ ਆਮ ਤੌਰ 'ਤੇ ਹੀ ਯੂਜ਼ ਕਰਦੇ ਹਾਂ ਸੈਰਿਫ, ਉਹ ਕਿਹੜਾ ਹੈ? ਟਾਈਮਸ ਨਿਊ ਰੋਮਨ ਜਾਂ ਟਾਈਮਸ ਰੋਮਨ ਜਿਹੜਾ ਹੈ। ਅਤੇ ਜਿਹੜਾ ਸੈਂਸ ਸੈਰਿਫ ਹੈ ਉਹਦੇ ਵਿੱਚ ਹੈਲਵੈਟਿਕਾ, ਠੀਕ ਹੈ, ਐਵੰਟ, ਕਾਰਡੇ, ਏਰੀਅਲ, ਜੈਨੇਵਾ, ਇੱਦਾਂ ਦੇ ਬਹੁਤ ਸਾਰੇ ਹੋਰ ਫੌਂਟਸ ਨੇ ਜਿਹੜੇ ਕਿ ਕਿਹੜੇ ਨੇ? ਸੈਂਸ ਸੈਰਿਫ ਨੇ, ਠੀਕ ਹੈ ਜੀ। ਸਕ੍ਰਿਪਟ ਫੌਂਟ ਕੀ ਹੁੰਦੇ ਨੇ? ਇਹ ਬਿਲਕੁਲ ਇੱਦਾਂ ਹੁੰਦੇ ਨੇ ਜਿੱਦਾਂ ਆਪਾਂ ਕਰਸਿਵ ਹੈਂਡਰਾਈਟਿੰਗ ਕਰਦੇ ਹਾਂ। ਮੀਨਸ
नीचे तुसी देख सकते हो करसिव हैंडराइटिंग दे विच एक फॉन्ट, ठीक है, अलूरा, यूफोरिया स्क्रिप्ट, इदा दे होर बहुत सारे, ठीक है, फॉन्ट्स ने जेडे के करसिव ने। डेकोरेटिव स्टाइल्स फॉन्ट केड़े होंगे ने जेडे के आउट ऑफ द बॉक्स असी मान सकते हाँ, मीनस जिन्हां दे विच अपनी खुद की की होंगी है रचना होंगी है, कह लो अपनी खुद की क्रिएटिविटी ना जेडे क्रिएट किए जाते हैं उन्होंने असी की कहने हाँ डेकोरेटिव स्टाइल वाले फॉन्ट। मीना इन्हां दे डिजाइनस बिल्कुल बखरे, बिल्कुल उल्ट पुलट जहे ही होंगे ने लगभग, मीन्स कह लो किसी बंदे ने जिदा का सोचा होंदा है उदा का ही डिजाइन वो फॉन्ट का बना दिंदा है। सो दोस्तों अज की इस वीडियो लिए बस इन्ना ही, जे तुहानू मेरी ये वीडियो वधिया लगी होवे तां इस वीडियो नू लाइक ते शेयर जरूर करना ते मेरे इस चैनल नू सबसक्राइब करना ना भुलना। धन्यवाद।